ਆਪ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਬਹੁਤ ਵਧਾਈਆਂ ਨੇ ਤੇ ਉਸ ਤੋਂ ਜ਼ਿਆਦਾ ਵਧਾਈਆਂ ਨੇ ਕਿ ਤੁਸੀਂ 12ਵੇਂ ਪਾਤਸ਼ਾਹ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇਹ ਪ੍ਰਕਾਸ਼ ਪੁਰਬ ਮਨਾਉਣ ਦਾ ਇਹ ਉਦਮ ਕੀਤਾ ਸਾਰਿਆਂ ਨੇ ਰਲ ਕੇ ਆ ਮੈਂ ਅਰਜ਼ ਕਰਨੀ ਚਾਹਾਂਗਾ ਕਿ ਮੈਂ ਤਾਂ ਬਹੁਤ ਜਗ੍ਹਾ ਬੋਲਦਾ ਰਹਿਣਾ ਜਿਆਦਾ ਜੀ ਕਰਦਾ ਤੁਹਾਨੂੰ ਸੁਣਨ ਨੂੰ ਤੁਹਾਡੀਆਂ ਗੱਲਾਂ ਸੁਣਨ ਨੂੰ ਜੀ ਕਰਦਾ ਤੁਹਾਡੇ ਨਾਲ ਵਿਚਾਰ ਕਰਨ ਨੂੰ ਜੀ ਕਰਦਾ ਬੋਲਣ ਨੂੰ ਤਾਂ ਬੋਲਦਾ ਹੀ ਰਹੀਦਾ ਇਹ ਖੁਸ਼ੀ ਹੈ ਕਿ ਤੁਸੀਂ ਬਹੁਤ ਜਿਆਦਾ ਇੱਥੇ ਜਿਹੜੇ ਬੈਠੇ ਹੋ ਨੌਜਵਾਨ ਬੈਠੇ ਨੇ ਬੱਚੇ ਬੈਠੇ ਨੇ ਸਤਿਗੁਰੂ RAM ਸਿੰਘ ਸੱਚੇ ਪਾਤਸ਼ਾਹ ਨੇ ਕੀ ਕਿਰਪਾ ਕੀਤੀ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਮੁੜ ਸੁਰਜੀਤ ਕੀਤਾ ਔਰ ਉਹ ਸਿੱਖੀ ਇੱਕ ਜੀਵਨ ਜਾਚ ਉਹ ਸਿੱਖੀ ਇੱਕ ਜ਼ਿੰਦਗੀ ਨੂੰ ਸੁਖੀ ਰਹਿਣ ਦਾ ਢੰਗ ਹੈ ਔਰ ਆਪਾਂ ਇੱਥੇ ਆਉਨੇ ਆ ਸਾਰੇ ਕਰਦੇ ਆ ਬੇਨਤੀ ਇਹ ਕਰਨੀ ਚਾਹੁੰਨਾ ਕਿ ਆਪਾਂ ਉਸ ਸਿੱਖੀ ਜੀਵਨ ਤੋਂ ਦੂਰ ਨਾ ਹੋ ਜਾਈਏ ਤੁਹਾਡੀ ਖੁਸ਼ਹਾਲੀ ਦੇਖ ਕੇ ਬੱਚੇ ਚੰਗਾ ਕਰਦੇ ਨੇ ਚੰਗਾ ਪੜ੍ਹਦੇ ਨੇ ਮਿਲਦੇ ਆਂ ਤੁਹਾਨੂੰ ਵੀ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚਿਆਂ ਨੇ ਇਹ ਕਰ ਲਿਆ ਐਨਾ ਪੜ ਲਿਆ ਔਰ ਮਾਇਆ ਦੀ ਤੌਰ ਤੇ ਵੀ ਤੁਸੀਂ ਅੱਗੇ ਨਾਲੋਂ ਤਰੱਕੀਆਂ ਕਰ ਰਹੇ ਹੋ ਪਰ ਇਹ ਕਰਦਿਆਂ ਕਰਦਿਆਂ ਸਾਡੀ ਖੁਸ਼ੀ ਕਾਹਦੀ ਹੈ ਉਹ ਖੁਸ਼ੀ ਆਪਣੇ ਪਰਿਵਾਰ ਦੀ ਹੁੰਦੀ ਹੈ ਆਪਣਾ ਪਰਿਵਾਰ ਇੱਕ ਆਪਣਤ ਹੁੰਦੀ ਹੈ ਉਹ ਆਪਣਤ ਆਪਣੇ ਵਿੱਚ ਸਿੱਖੀ ਦੀ ਹੈ ਤੁਸੀਂ ਕਿਤੇ ਵੀ ਰਹਿੰਦੇ ਹੋ ਤੁਹਾਡੀ ਉਹ ਸਿੱਖੀ ਦੂਰ ਨਾ ਹੋ ਜਾਵੇ ਗੁਰਦੁਆਰਾ ਤੁਹਾਡੇ ਆਉਣ ਨਾਲ ਸਾਧ ਸੰਗਤ ਤੁਹਾਡੇ ਆਉਣ ਨਾਲ ਬਣ ਜਾਂਦੀ ਹੈ ਪਰ ਗੁਰਦੁਆਰਾ ਤਾਂ ਤੁਹਾਡਾ ਘਰ ਵੀ ਬਣ ਸਕਦਾ ਹੈ ਸਾਧ ਸੰਗਤ ਤੁਹਾਡੇ ਘਰ ਵੀ ਬਣ ਸਕਦੀ ਹੈ ਜਿੱਥੇ ਵੀ ਨਾਮ ਸਿਮਰਨ ਹੁੰਦਾ ਹੈ ਜਿੱਥੇ ਹਰਜਾਸ ਹੁੰਦਾ ਹੈ ਜਿੱਥੇ ਪ੍ਰਭੂ ਦੀ ਹਸਤਤ ਹੁੰਦੀ ਹੈ ਉਹੀ ਗੁਰਦੁਆਰਾ ਬਣ ਜਾਂਦਾ ਹੈ ਉਹੀ ਧਰਮਸ਼ਾਲਾ ਬਣ ਜਾਂਦੀ ਹੈ ਉਹ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਸੋਆ ਉਹ ਹਾਲਾਤ ਆਪਣੇ ਹੋਵੇ ਕਿ ਆਪਣੇ ਘਰਾਂ ਵਿੱਚ ਵੀ ਉਹ ਧਰਮਸ਼ਾਲਾ ਗੁਰਦੁਆਰੇ ਬਣੇ ਹੋਣ ਤੁਹਾਡੇ ਘਰਾਂ ਵਿੱਚ ਵੀ ਨਾਮ ਸਿਮਰਨ ਹੋਵੇ ਸਿੱਖੀ ਸਿਰਫ ਪੇਖ ਦਾ ਨਾਂ ਨਹੀਂ ਪੇਖ ਤਾਂ ਪਹਿਲੀਆਂ ਗੱਲਾਂ ਨੇ ਆਪਣੇ ਸਕੂਲ ਦੀ ਯੂਨੀਫਾਰਮ ਨੇ ਸਿੱਖੀ ਤਾਂ ਇੱਕ ਜੀਵਨ ਜਾਚ ਇੱਕ ਸੁਖੀ ਜੀਵਨ ਰਹਿਣ ਦਾ ਢੰਗ ਫਿਰ ਅਲੱਗ-ਅਲੱਗ ਟਾਈਮ ਤੇ ਕਿਤੇ ਉਹ ਸੀ ਕਿ ਅਨਿਆਂ ਦੇ ਨਾਲ ਲੜਨ ਵਾਸਤੇ ਸੱਚ ਪਾਤਸ਼ਾਹ ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਉਹ ਕਿਰਪਾ ਕੀਤੀ ਉਹੋ ਹੀ ਕਿਰਪਾ ਸ੍ਰੀ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਨੇ ਕੀਤੀ ਜਦੋਂ ਅੰਗਰੇਜ਼ ਦਾ ਜ਼ੁਲਮ ਹੁੰਦਾ ਸੀ ਉਹ ਸਿੱਖ ਬਣਾਏ ਜਿਨ੍ਹਾਂ ਨੂੰ ਸੱਚ ਬੋਲਣ ਤੋਂ ਡਰ ਨਹੀਂ ਲੱਗਾ ਬੜੀ ਵੱਡੀ ਗੱਲ ਹੈ ਕਿ ਸਭ ਤੋਂ ਵੱਡਾ ਨਾਮਧਾਰੀਆਂ ਦਾ ਦੁਸ਼ਮਣ ਇਹ ਕਹਿੰਦਾ ਹੈ ਕਿ ਕੂਕਾ ਅੰਗਰੇਜ਼ ਦਾ ਲਾਇਲ ਨਹੀਂ ਹੋ ਸਕਦਾ ਇਹ ਸ਼ਾਇਦ ਹੀ ਕਿਸੇ ਹੋਰ ਕਮਿਊਨਿਟੀ ਵਾਸਤੇ ਕਿਸੇ ਵਾਸਤੇ ਕਿਹਾ ਹੋਵੇ ਕਿ ਕੂਕਾ ਅੰਗਰੇਜ਼ ਦਾ ਲਾਇਲ ਨਹੀਂ ਹੋ ਸਕਦਾ ਫਿਰ ਇਹ ਕਹਿੰਦੇ ਨੇ ਕਿ ਕੂਕਾ ਝੂਠ ਨਹੀਂ ਬੋਲਦਾ ਇਹ ਅੰਗਰੇਜ਼ ਵੀ ਮੰਨਦੇ ਸੀ ਕਿ ਕੂਕਾ ਝੂਠ ਨਹੀਂ ਬੋਲਦਾ ਸਤਕੂਰ ਬਰਤਪਾ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਚੋਂ ਆਉਂਦਾ ਆਪਾਂ ਆਪਣੇ ਆਪਣੇ ਅੰਦਰ ਝਾਤੀਆਂ ਮਾਰ ਕੇ ਦੇਖੀਏ ਕਿ ਅਸੀਂ ਕਿੰਨਾ ਸੱਚ ਬੋਲਦੇ ਆ ਕਿਉਂਕਿ ਜਦੋਂ ਆਪਾਂ ਸੱਚ ਬੋਲਣ ਲੱਗ ਜਾਂਦੇ ਆ ਆਪਾਂ ਸੱਚ ਦੇ ਨੇੜੇ ਹੋਣਾ ਸ਼ੁਰੂ ਹੋ ਜਾਂਦੇ ਆ ਉਹ ਸੱਚ ਕੀ ਹੈ ਉਹ ਸੱਚ ਪਰਮਾਤਮਾ ਹੈ ਜਦੋਂ ਆਪਾਂ ਰੂਪ ਤੋਂ ਉੱਪਰ ਨੇਕਲ ਕੇ ਸੋਚਦੇ ਆ ਉਹ ਸੱਚ ਪਰਮਾਤਮਾ ਹੈ ਤੁਸੀਂ ਬਹੁਤ ਵਾਰੀ ਸ਼ਾਇਦ ਸੁਣਿਆ ਹੋਣਾ ਇੱਕ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਉਪਦੇਸ਼ ਚ ਆਉਂਦਾ ਹੈ ਕਿ ਮੈਨੂੰ ਕਿਸੇ ਯੂਨੀਵਰਸਿਟੀ ਚ ਪੁੱਛਿਆ ਕਿ ਸਾਰਿਆਂ ਦਾ ਸਾਂਝਾ ਧਰਮ ਕਿਹੜਾ ਹੈ ਤੇ ਸੱਚ ਪਾਤਸ਼ਾਹ ਹੁਕਮ ਕੀਤਾ ਸੱਚ ਬੋਲਣਾ ਬਾਬਾ ਫਰੀਦ ਜੀ ਦੀ ਤੱਕ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜਦੋਂ ਆਪਾਂ ਸੱਚ ਬੋਲਣ ਲੱਗ ਜਾਂਦੇ ਆ ਤੇ ਆਪਣੇ ਬਹੁਤ ਸਾਰੇ ਔਗਣ ਆਪਣੇ ਆਪ ਹੀ ਹਟਣ ਲੱਗ ਜਾਂਦੇ ਨੇ ਸੋ ਮੈਂ ਵਾਪਸ ਉੱਥੇ ਹੀ ਆਉਂਦਿਆਂ ਹੋਇਆਂ ਕਿ ਸਿੱਖੀ ਇੱਕ ਜੀਵਨ ਜਾਂਚ ਔਰ ਉਹ ਜੀਵਨ ਜਾਂਚ ਔਖੀ ਵੀ ਹੈ ਔਕੀ ਇਸ ਕਰਕੇ ਕਿ ਮਾਇਆ ਦਾ ਪਸਾਰਾ ਪਸਰਿਆ ਹੋਇਆ ਆ ਆਪਾਂ ਕੁਝ ਵੀ ਦੇਖਦੇ ਆ ਕਿਉਂਕਿ ਇਹ ਮਾਇਆ ਇਸ ਤਰ੍ਹਾਂ ਦੀ ਹੈ ਕਿ ਝੂਠ ਵਿੱਚ ਜ਼ਿਆਦਾ ਜੀ ਲੱਗਦਾ ਸੱਚ ਵਿੱਚ ਆਪਣਾ ਮਨ ਨਹੀਂ ਲੱਗਦਾ ਸੱਚ ਤੋਂ ਆਪਾਂ ਵਿਛੜੇ ਹੋਏ ਆ ਕਿਸੇ ਵੀ ਧਰਮ ਦਾ ਖਾਸ ਕਰਕੇ ਵੈਦਿਕ ਧਰਮ ਦਾ ਇਹ ਹੈਗਾ ਕਿ ਸਾਡਾ ਟੀਚਾ ਕੀ ਹੈ ਟਾਰਗੇਟ ਕੀ ਹੈ ਕਿ ਅਸੀਂ ਸੱਚ ਨੂੰ ਮਿਲਣਾ ਹੈ ਅਸੀਂ ਸੱਚ ਨੂੰ ਪਾਉਣਾ ਹੈ ਪਰ ਉਹ ਮਾਇਆ ਦਾ ਇਹ ਪਸਾਰਾ ਖਿਲ ਰਿਹਾ ਹੋਇਆ ਸਾਡਾ ਮਨ ਕਦੇ ਵਿੱਚ ਲੱਗ ਜਾਂਦਾ ਉਹ ਕੁਝ ਵੀ ਹੋ ਜਾਂਦਾ ਉਹ ਸੀਰੀਜ਼ ਨੇ ਉਹ ਸੋਸ਼ਲ ਮੀਡੀਆ ਹੈ ਉਹ ਫਿਲਮ ਨੇ ਉਹ ਕਿਸੇ ਦਿਨ ਇਹ ਉੱਥੇ ਸਾਡਾ ਮਨ ਲੱਗ ਜਾਂਦਾ ਪਰ ਥੋੜਾ ਥੋੜਾ ਅਸੀਂ ਵਕਤ ਕੱਢ ਕੇ ਅਸੀਂ ਕਿਤੇ ਗੁਰਬਾਣੀ ਦਾ ਪਾਠ ਕਰ ਲਈਏ ਗੁਰਬਾਣੀ ਦਾ ਪਾਠ ਕਰਕੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਲਈਏ ਗੁਰਬਾਣੀ ਤੇ ਵਿਚਾਰ ਕਰ ਲਈਏ ਇੱਕ ਦੂਜੇ ਨੂੰ ਪੁੱਛ ਲਈਏ ਹੌਲੀ ਹੌਲੀ ਫਰਕ ਪੈਣ ਲੱਗ ਜਾਂਦਾ ਹੈ ਇਹ ਕੋਸ਼ਿਸ਼ ਕਰੀਏ ਕਿ ਨਾਮ ਸਿਮਰਨ ਕਰੀਏ ਨਾਮ ਸਿਮਰਨ ਕਰਦੇ ਹਾਂ ਇਹ ਵਿਚਾਰ ਕਰਨ ਲੱਗ ਜਾਈਏ ਇੱਕ ਦੂਜੇ ਨੂੰ ਪੁੱਛਣ ਲੱਗ ਜਾਈਏ ਤੇਰਾ ਕਿੰਨਾ ਚਿਰ ਮਨ ਲੱਗਦਾ ਛੋਟਾ ਛੋਟਾ ਇਸ ਪਾਸੇ ਨੂੰ ਅਸੀਂ ਤੁਰੀਏ ਤੇ ਸਾਡਾ ਆਪੇ ਹੀ ਜੀਵਨ ਉੱਚਾ ਹੋਣ ਲੱਗ ਜਾਂਦਾ ਜਿਹੜਾ ਯੂ نو ਆਪਾਂ ਹਰ ਇੱਕ ਚੀਜ਼ ਨੂੰ ਕਿਸੇ ਚੀਜ਼ ਨਾਲ ਤੋਲਦੇ ਆ ਕੋਈ ਬੱਚਾ ਸਕੂਲ ਜਾਂਦਾ ਹੈ ਪਰ ਬੱਚਾ ਅਮ ਧਿਆਨ ਦਿੰਦਾ ਤੁਹਾਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਦੇ ਇੰਨੇ ਨੰਬਰ ਆਏ ਨੇ ਮੇਰੇ ਬੱਚੇ ਦੀਆਂ ਇਨੀਆਂ ਕਲਾਸਾਂ ਆ ਗਈਆਂ ਨੇ ਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਮੈਂ ਧਰਮ ਤੇ ਚੱਲਦਾ ਮੈਂ ਕੀ ਪ੍ਰੋਗਰੈਸ ਕੀਤੀ ਹੈ ਜੇ ਆਪਾਂ ਸਾਰਿਆਂ ਨੂੰ ਪੁੱਛੀਏ ਤੇ ਉਸ ਪ੍ਰੋਗਰੈਸ ਨੂੰ ਆਪਾਂ ਮਿੰਦੇ ਕਿਦਾਂ ਆ ਜੋ ਮੇਰੀ ਥੋੜੀ ਜੀ ਸਮਝ ਵਿੱਚ ਆਉਂਦਾ ਉਹ ਪ੍ਰੋਗਰੈਸ ਇਹ ਹੈ ਕਿ ਮੇਰੇ ਅੰਦਰ ਦਇਆ ਆਉਣ ਲੱਗ ਪਈ ਹੈ ਕੀ ਮੈਂ ਸੱਚ ਬੋਲਣ ਲੱਗ ਗਿਆ ਕੀ ਮੈਨੂੰ ਝੂਠ ਤੋਂ ਨਫ਼ਰਤ ਹੋਣ ਲੱਗ ਗਈ ਹੈ ਕਿ ਮੇਰੇ ਅੰਦਰ ਬੜੀ ਪਹਿਲੀ ਗੱਲ ਹੈ ਕਿ ਮੇਰੇ ਅੰਦਰ ਈਰਖਾ ਖਤਮ ਹੋਣ ਲੱਗ ਗਈ ਹੈ ਆਮ ਤੁਸੀਂ ਸ਼ਬਦ ਸੁਣਦੇ ਹੋ ਬਿਸਰ ਗਈ ਸਭ ਤਾਤਪਰਾਈ ਕਦੋਂ ਜਦ ਤੇ ਸਾਧ ਸੰਗਤ ਮੋਹੇ ਪਾਈ ਜੇ ਮੈਂ ਸਾਧ ਸੰਗਤ ਵਿੱਚ ਆਉਣਾ ਤੇ ਮੇਰੀ ਈਰਖਾ ਮੁੱਕਣ ਲੱਗ ਗਈ ਹੈ ਹੌਲੀ ਹੌਲੀ ਅਸੀਂ ਇਸ ਪਾਸੇ ਨੂੰ ਤੁਰਦੇ ਆ ਅਸੀਂ ਉਹ ਹੌਲੀ ਹੌਲੀ ਇੱਕ ਇੱਕ ਕਲਾਸਾਂ ਉੱਪਰ ਨੂੰ ਚੜਦੇ ਆ ਜਿੰਨਾ ਜਨਾ ਅਸੀਂ ਚੜਦੇ ਆ ਉਹ ਸਾਡੀ ਜੀਵਨ ਜਾਂਚ ਆਉਂਦੀ ਹੈ ਸੰਤ ਗੁਰਬਚਨ ਸਿੰਘ ਹਣਾ ਦਾ ਮੈਨੂੰ ਬਚਨ ਸੁਣ ਕੇ ਯਾਦ ਆਇਆ ਸੱਚ ਪਾਤਸ਼ਾਹ ਹੁਕਮ ਕਰਦੇ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੀ ਕਿਰਪਾ ਦੀ ਇਹਨਾਂ ਗੱਲ ਕਰਦੇ ਆ ਕਿ ਕਿ ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਔਰਤਾਂ ਤੇ ਪਰਉਪਕਾਰ ਕੀਤੇ ਕਿਸ ਤਰ੍ਹਾਂ ਵਿਧਵਾ ਵਿਆਹ ਸ਼ੁਰੂ ਕੀਤੇ ਕੀ ਔਰਤਾਂ ਦੀ ਦੁਰਦਸ਼ਾ ਸੀ ਕਿਸ ਤਰ੍ਹਾਂ ਜਨਮ ਦੀਆਂ ਬੱਚੀਆਂ ਨੂੰ ਹੀ ਮਾਰ ਦਿੱਤਾ ਜਾਂਦਾ ਸੀ ਉਸ ਹਾਲਾਤ ਨੂੰ ਸੱਚ ਪਾਤਸ਼ਾਹ ਕਿਸ ਤਰ੍ਹਾਂ ਕੀਤਾ ਤੇ ਅੱਜ ਕੀ ਅੱਜ ਹਾਲਾਤ ਬਦਲ ਗਏ ਨੇ ਕਈ ਜਗ੍ਹਾ ਮੈਂ ਇਹ ਕਹਾਂਗਾ ਉਹ ਸਾਡੇ ਸਮਾਜ ਦਾ ਵੀ ਵਿਡੱਪਣ ਹੈ ਕਿ ਔਰਤਾਂ ਬੰਦਿਆਂ ਨਾਲੋਂ ਜ਼ਿਆਦਾ ਪ੍ਰਾਪਤੀਆਂ ਕਰ ਰਹੀਆਂ ਨੇ ਸਮਾਜ ਦਾ ਵਿਡੱਪਣ ਕਿਉਂ ਹੈ ਕਿ ਅਸੀਂ ਇੱਕ ਆਚਰਣ ਨੂੰ ਸਾਹਮਣੇ ਰੱਖਿਆ ਉਹ ਵਿਡੱਪਣ ਉਨਾ ਚਿਰ ਰਹੇਗਾ ਜਿੰਨਾ ਚਿਰ ਇੱਕ ਅਸੀਂ ਆਚਰਣ ਨੂੰ ਸਾਹਮਣੇ ਰੱਖਿਆ ਔਰਤ ਦੀ ਸਾਡੇ ਸਮਾਜ ਵਿੱਚ ਬੜੀ ਵਡਿਆਈ ਹੈ ਤੁਸੀਂ ਪੰਜਾਬ ਪੰਜਾਬੀ ਵਿੱਚ ਖਾਸ ਕਰਕੇ ਮਾਂ ਨੂੰ ਬੜਾ ਵੱਡਾ ਪਦਵਾ ਦਿੱਤਾ ਪਰ ਮੇਰੇ ਵਿਚਾਰ ਇਸ ਤਰ੍ਹਾਂ ਨੇ ਮਾਂ ਬਣਨਾ ਵੀ ਬੜਾ ਔਖਾ ਹੈ ਸਿਰਫ ਬੱਚੇ ਨੂੰ ਜਨਮ ਦੇਣ ਨਾਲ ਮਾਂ ਖਵਾਉਣਾ ਠੀਕ ਹੈ ਪਰ ਉਸ ਤੋਂ ਬਹੁਤ ਵੱਡੀ ਗੱਲ ਹੈ ਕਿ ਕੀ ਤੁਸੀਂ ਆਪਣੇ ਬੱਚਿਆਂ ਦਾ ਆਚਰਣ ਸਿਰਜਣ ਕਰ ਪਾਉਂਦੇ ਹੋ ਕੀ ਤੁਹਾਡਾ ਬੱਚਾ ਇੱਕ ਚੰਗਾ ਇਨਸਾਨ ਇੱਕ ਚੰਗਾ ਨਾਗਰਿਕ ਇੱਕ ਚੰਗਾ ਸਿੱਖ ਬਣ ਸਕਦਾ ਜਿਸ ਬੱਚੇ 'ਚੋਂ ਖੁਸ਼ਬੂ ਆਵੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਉਪਦੇਸ਼ ਬਹੁਤ ਸੁੰਦਰ ਹੈ ਆ ਗਰੀਬ ਨਵਾਜ਼ ਹੁਕਮ ਇਹ ਕਰਦੇ ਹੁੰਦੇ ਸੀ ਕਿ ਮਾਂ ਬਣਨਾ ਛੋਟੀ ਜੀ ਗੱਲ ਹੈ ਕਿ ਬੱਚਿਆਂ ਨੂੰ ਵੱਡਾ ਕਰਨਾ ਛੋਟੀ ਜੀ ਗੱਲ ਹੈ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਕਿਸੇ ਵੀ ਦੇਸ਼ ਦਾ ਕਿਸੇ ਵੀ ਕੌਮ ਦਾ ਭਵਿੱਖ ਬੱਚੇ ਨੇ ਔਰ ਬੱਚਿਆਂ ਦਾ ਸਾਰਿਆਂ ਤੋਂ ਪਹਿਲਾਂ ਅਧਿਆਪਕ ਮਾਵਾਂ ਨੇ ਮੈਂ ਇਹ ਇਸ ਕਰਕੇ ਗੱਲ ਕਰ ਰਿਹਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਹ ਕਿਰਪਾ ਕੀਤੀ ਹੈ ਉਹ ਔਰਤਾਂ ਨੂੰ ਇੱਕ ਸਤਕਾਰ ਦਵਾਇਆ ਉਹ ਸਤਕਾਰ ਦਵਾਉਣ ਦੇ ਨਾਲ ਨਾਲ ਅਸੀਂ ਆਪਣਾ ਆਚਰਣ ਇਹ ਬਣਾ ਕੇ ਰੱਖੀਏ ਕਿ ਸਾਡੇ ਜਿਹੜੇ ਬੱਚੇ ਹੋਣ ਉਹ ਚੰਗੇ ਸਿੱਖ ਬਣ ਸਕਣ ਉਹ ਚੰਗੇ ਮਨੁੱਖ ਬਣ ਸਕਣ ਅਸੀਂ ਉਹ ਜ਼ਿੰਮੇਵਾਰੀ ਨਿਭਾ ਸਕੀਏ ਸੋ ਇਹ ਅਰਜ ਬੇਨਤੀ ਵਾਪਸ ਆਉਂਦਿਆਂ ਉੱਥੇ ਕਰਦਾ ਹੋਇਆ ਸਿੱਖੀ ਦੀ ਜਾਂਚ ਦੀ ਗੱਲ ਕਰਦਾ ਹੋਇਆ ਆਪਾਂ ਇਹ ਬੜਾ ਵੱਡਾ ਹਾਲ 'ਚ ਬੈਠੇ ਹੋ ਤੁਸੀਂ ਮੈਂ ਕਿਸੇ ਨੂੰ ਉੱਠਣ ਵਾਸਤੇ ਕਹਿੰਦਾ ਸ਼ਾਇਦ ਨਾ ਚੰਗਾ ਲੱਗਾਂ ਤੁਸੀਂ ਆਪਣੇ ਆਪ ਨੂੰ ਇਹ ਪੁੱਛ ਲਓ ਕਿ ਤੁਸੀਂ ਕਿੰਨੇ ਕ ਜਾਣੇ ਜਿਹੜਾ ਸਾਡਾ ਬੜਾ ਅੰਮ੍ਰਿਤ ਵੇਲਾ ਸਵੇਰ ਦਾ ਉੱਠਣਾ ਬਾਰ-ਬਾਰ ਗੁਰਬਾਣੀ ਵਿੱਚ ਵੀ ਤੇ ਸਾਡੇ ਸਤਿਗੁਰੂ ਸੱਚ ਪਾਤਸ਼ਾਹ ਨੇ ਜਿਸ ਸਤਿਗੁਰੂ ਸੱਚ ਪਾਤਸ਼ਾਹ ਤੋਂ ਆਪਾਂ ਨੂੰ ਸਿੱਖੀ ਮਿਲੀ ਏ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਨੇ ਵੀ ਬਾਰ-ਬਾਰ ਦਰਾਇਆ ਆਪਣੇ ਚੋਂ ਕਿੰਨੇ ਕ ਆਪਾਂ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰ ਲੈਨੇ ਆ ਮੈਨੂੰ ਪਤਾ ਨਹੀਂ ਸ਼ਾਇਦ 10% 20% ਹੋਣ ਚੰਗੀ ਗੱਲ ਹੈ ਕਿ ਜ਼ਿਆਦਾ ਕਰਦੇ ਹੁਣ ਪਰ ਇਹ ਕਿਰਪਾ ਕਰੋ ਸਵੇਰ ਦਾ ਉੱਠਣਾ ਨਾ ਛੱਡ ਦਿਓ ਸਵੇਰ ਦਾ ਉੱਠਣਾ ਜ਼ਰੂਰ ਰਵੇ ਫਿਰ ਜੇ ਮੈਂ ਪੁੱਛਾਂ ਕਿ ਕਿੰਨੇ ਕੁ ਜਾਣੇ ਸਣੇ ਕਿਸੇ ਇਸ਼ਨਾਨ ਕਰਦੇ ਨੇ ਸ਼ਾਇਦ ਬਹੁਤ ਘੱਟ ਹੋਣਗੇ ਉਹ ਕਿਰਪਾ ਕਰਿਆ ਕਰੋ ਸਣੇ ਕਿਸੇ ਇਸ਼ਨਾਨ ਕਰਿਆ ਕਰੋ ਇਹ ਇੱਥੋਂ ਤੱਕ ਨਾ ਰਹਿ ਜਾਵੇ ਕਿ ਆਪਾਂ ਪ੍ਰਕਾਸ਼ ਪੁਰਬ ਮਨਾ ਲਏ ਆਪਾਂ ਗੁਰਦੁਆਰੇ ਇਕੱਠੇ ਹੋ ਗਏ ਗੁਰਦੁਆਰੇ ਆ ਕੇ ਆਪਾਂ ਜੀਵਨ ਜਾਂਚ ਸਿੱਖਣੀ ਹੈ ਇਹ ਕੋਈ ਸੋਸ਼ਲ ਜਗਾ ਨਹੀਂ ਗੈਦਰਿੰਗ ਵਾਸਤੇ ਇੱਥੇ ਅਸੀਂ ਕੁਝ ਸਿੱਖਣ ਆਉਣਾ ਸੋ ਤੁਸੀਂ ਸਵੇਰ ਦਾ ਉੱਠਣਾ ਨਾ ਛੱਡੋ ਸਵੇਰ ਦੇ ਉੱਠ ਕੇ ਅੰਮ੍ਰਿਤ ਵੇਲੇ ਦਾ ਉਹ ਸਮਾਂ ਉਹ ਨਾਮ ਸਿਮਰਨ ਕਰੋ ਨਾਮ ਸਿਮਰਨ ਕਰਨ ਲੱਗਿਆਂ ਘਟੋ ਘਟ ਦਿਲੋਂ ਇਹ ਬਖਸ਼ਿਸ਼ ਮੰਗੋ ਪਾਤਸ਼ਾਹ ਮੇਰਾ ਮਨ ਤੇਰੇ ਚਰਨਾਵੈ ਜੁੜੇ ਮੇਰੇ ਮਨ ਚੋਂ ਹਰ ਤਰ੍ਹਾਂ ਦੀ ਈਰਖਾ ਦਵੇਸ਼ ਨਿਕਲ ਜਾਵੇ ਆਪਾਂ ਇੱਥੋਂ ਸ਼ੁਰੂ ਤੇ ਕਰੀਏ ਜਦੋਂ ਆਪਾਂ ਮੰਗ ਮੰਗਾਗੇ ਤੇ ਇਹ ਉਹ ਮਾਲਕ ਦਾ ਸਦਾ ਹੀ ਦੇਣ ਵਾਲਾ ਸਾਨੂੰ ਕਿਰਪਾ ਵੀ ਕਰਦੇ ਹੋਏਗਾ ਸਦਾ ਜਦੋਂ ਆਪਾਂ ਮੰਗ ਮੰਗਦੇ ਆ ਆਪਣੀਆਂ ਮੰਗਾਂ ਸ਼ਾਇਦ ਬਹੁਤ ਜਿਵੇਂ ਆਪਾਂ ਮੰਗਦੇ ਵੀ ਹੋਵਾਂਗੇ ਤੇ ਮੰਗਾਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ ਸਾਡਾ ਕੰਮ ਚੰਗਾ ਹੋ ਜਾਵੇ ਬੱਚੇ ਨੂੰ ਐਡਮਿਸ਼ਨ ਮਿਲ ਜਾਵੇ ਵਗੈਰਾ ਵਗੈਰਾ ਜਿਹੜੀਆਂ ਦੁਨੀਆਦਾਰੀਆਂ ਦੀਆਂ ਮੰਗਾਂ ਨੇ ਆਪਾਂ ਮੰਗ ਇਹ ਵੀ ਮੰਗੀਏ ਸੱਚੇ ਪਾਤਸ਼ਾਹ ਮੇਰਾ ਮਨ ਤੇਰੇ ਚਰਨਾਂ ਵਿੱਚ ਲੱਗੇ ਮੈਂ ਉਹ ਕਰ ਸਕਾਂ ਜਿਹਦੇ ਨਾਲ ਮੈਨੂੰ ਤੇਰੀਆਂ ਖੁਸ਼ੀਆਂ ਮਿਲਣ ਮੇਰੇ ਅੰਦਰੋਂ ਈਰਖਾ ਦੁਵੇਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿਕਲ ਜਾਵੇ ਮੈਂ ਮੇਰੀ ਸਹਿਜ ਦੀ ਅਵਸਥਾ ਹੋ ਸਕੇ ਆਪਾਂ ਉਸ ਪਾਸੇ ਨੂੰ ਤੁਰੰਤ ਦੀ ਕੋਸ਼ਿਸ਼ ਤਾਂ ਕਰੀਏ ਜੇ ਆਪਾਂ ਮੰਗਾਗੇ ਆਪਣੇ ਮਨ ਵਿੱਚ ਉਹ ਵਿਚਾਰ ਤੇ ਆਏਗਾ ਇਹ ਉਹ ਸਿੱਖੀ ਸੀ ਜਿਹੜੀ ਸਤਗੁਰੂ ਰਾਮ ਸਿੰਘ ਸੱਚਪਾਤ ਸ਼ਾਹ ਨੇ ਸਿਰਜ ਦਿੱਤੀ ਆਪਾਂ ਉਹ ਗੱਲ ਕਰਦੇ ਹਾਂ ਸ਼ਹੀਦਾਂ ਦੀ ਕਿਸ ਕਰਕੇ ਡਰ ਨਹੀਂ ਲੱਗਾ ਮਰਨ ਤੋਂ ਹਰ ਇੱਕ ਨੂੰ ਡਰ ਲੱਗਦਾ ਹੈ ਪਰ ਜਦੋਂ ਸਹਿਜ ਅਵਸਥਾ ਹੋ ਗਈ ਜਦੋਂ ਅਵਸਥਾ ਹੋ ਗਈ ਕਿ ਇਹ ਦੇਹ ਨੇ ਤਾਂ ਰਹਿਣਾ ਹੀ ਨਹੀਂ ਜਦੋਂ ਇਹ ਪਤਾ ਲੱਗ ਗਿਆ ਇਹ ਦੇਹ ਨੇ ਨਹੀਂ ਰਹਿਣਾ ਉਹਨਾਂ ਨੂੰ ਮਰਨ ਦਾ ਡਰ ਕਾਦਾ ਸੀ ਉਹਨਾਂ ਨੂੰ ਮਰਨ ਦਾ ਡਰ ਹੋ ਹੀ ਨਹੀਂ ਸਕਦਾ ਜਿਹੜੇ ਇਸ ਅਵਸਥਾ ਵਿੱਚ ਹੋ ਗਏ ਸੋ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਪਰ ਆਪਾਂ ਉਹਨਾਂ ਤੇ ਵਿਚਾਰ ਜ਼ਰੂਰ ਕਰੀਏ ਆਪਣੇ ਮਨ ਵਿੱਚ ਘਟੋ ਘਟੇ ਮੰਗ ਤਾਂ ਆਉਣ ਲੱਗ ਜਾਵੇ ਕਿ ਸਾਸੀ ਵੀ ਸਾਨੂੰ ਵੀ ਉਹ ਅਵਸਥਾ ਪ੍ਰਾਪਤ ਹੋਵੇ ਸਾਨੂੰ ਵੀ ਉਹ ਆਨੰਦ ਰਹੇ ਕਿਉਂ ਅਸੀਂ ਉਸ ਆਨੰਦ ਨੂੰ ਮੰਗਦੇ ਆਂ ਇਸ ਕਰਕੇ ਮੰਗਦੇ ਆਂ ਕਿ ਬਾਕੀ ਸਾਰੇ ਆਨੰਦ ਸਾਰੀਆਂ ਪ੍ਰਾਪਤੀਆਂ ਬੜੇ ਥੋੜੇ ਸਮੇ ਲਈ ਹੁੰਦੀਆਂ ਨੇ ਮੈਨੂੰ ਕੁਝ ਮਿਲ ਜਾਂਦਾ ਤੇ ਮੈਂ ਉਹ ਅੱਧਾ ਘੰਟਾ ਘੰਟਾ ਖੁਸ਼ ਹੋ ਲਵਾਂਗਾ ਨਾਲ ਹੀ ਨਵੀਂ ਮੰਗ ਸ਼ੁਰੂ ਹੋ ਜਾਂਦੀ ਹੈ ਬਿਨ ਸੰਤੋਖ ਨਹੀਂ ਕੋਈ ਰਾਜਾ ਜਿੰਨਾ ਚਿਰ ਸਾਨੂੰ ਸੰਤੋਖ ਦਾ ਧਾਨ ਨਹੀਂ ਆਉਂਦਾ ਸੰਤੋਖ ਦਾ ਧਾਨ ਆਉਣ ਨਾਲ ਹੀ ਜੀਵਨ ਵਿੱਚ ਸਹਿਜ ਪ੍ਰਗਟ ਹੋਣ ਲੱਗ ਜਾਂਦਾ ਸੋ ਇਹ ਅਰਜ਼ ਕਰਦੇ ਆ ਕਿ ਹੌਲੀ ਹੌਲੀ ਆਪਾਂ ਉਸ ਪਾਸੇ ਤੋਰिए ਇੱਕ ਦੂਜੇ ਨਾਲ ਡਿਸਕਸ਼ਨ ਕਰੀਏ ਗੱਲਾਂ ਕਰੀਏ ਗੱਲਾਂ ਤਾਂ ਆਪਾਂ ਲੈਕਚਰ ਬੜੇ ਸੁਣਦੇ ਆ ਕਰਦੇ ਆ ਕਰਦੇ ਰਹਿੰਦੇ ਆ ਪਰ ਉਹ ਅਮਲ ਲਿਆਉਣਾ ਬਹੁਤ ਜ਼ਰੂਰੀ ਹੈ ਸੋ ਇਹ ਤੁਹਾਡੇ ਚਰਣਾ ਵਿੱਚ ਹਰਜ ਕਰਦਾ ਬੜੀ ਖੁਸ਼ੀ ਹੈ ਤੁਸੀਂ ਆਏ ਹੋ ਸਾਰੇ ਮੇਲਾ ਕੀਤਾ ਘਟੋ ਘਟ ਬਹੁਤ ਸਾਰੇ ਇਹ ਬਸਤਰ ਵੀ ਨਾਮਤਾਰੀ ਹੈ ਪਹਿਰਾਵਾ ਵੀ ਸਤਿਗੁਰੂ ਰਾਮ ਸਿੰਘ ਦਾ ਦਿੱਤਾ ਹੀ ਪਹਿਰਾਵਾ ਹੈ ਉਹ ਪਾ ਕੇ ਆਏ ਆ ਪਰ ਇਸ ਪਹਿਰਾਵੇ ਦੀ ਕਿੰਨੀ ਵੱਡੀ ਇੱਜ਼ਤ ਹੈ ਉਹ ਆਪਾਂ ਕਹਿ ਸਕਦੇ ਆ ਕਿ ਕੋਈ ਇਹ ਕਹਿੰਦਾ ਹੈ ਕਿ ਇਹ ਨਾਮਤਾਰੀ ਜਿਹੜੇ ਨੇ ਕੋਈ ਮਾੜਾ ਕੰਮ ਨਹੀਂ ਕਰਦੇ ਇਹ ਸੱਚ ਬੋਲਦੇ ਨੇ ਉਸ ਪਹਿਰਾਵੇ ਦੀ ਲਾਜ ਵੀ ਅਸੀਂ ਰੱਖਣੀ ਹੈ ਕਿਸੇ ਨੇ ਕਿਹਾ ਕਿ ਕੁਝ ਸ਼ਰਾਬ ਪੀਂਦਾ ਸੀ ਉਹਨੇ ਕਿਹਾ ਚੰਗਾ ਤੂੰ ਪੀ ਲਿਆ ਕਰ ਪਰ ਆ ਨਾਮ ਤਰੀ ਪਹਿਰਾਵਾ ਪਾ ਕੇ ਤੂੰ ਜਾ ਕੇ ਠੇਕੇ ਤੋਂ ਸ਼ਰਾਬ ਲੈ ਲੈ ਨਾ ਇਹ ਪਹਿਰਾਵਾ ਪਾ ਕੇ ਤੇ ਮੈਂ ਠੇਕੇ ਤੇ ਨਹੀਂ ਜਾ ਸਕਦਾ ਨਾ ਉਹ ਪਹਿਰਾਵਾ ਪਾਉਣ ਨਾਲ ਇਹ ਸੰਗ ਤਾਂ ਆਉਣ ਲੱਗ ਗਈ ਨਾ ਕਿ ਮੈਂ ਗਲਤ ਕੰਮ ਨਹੀਂ ਕਰਨਾ ਸੋ ਆਪਾਂ ਇਹ ਪਹਿਰਾਵਾ ਵੀ ਤੁਹਾਡਾ ਜ਼ਰੂਰੀ ਹੈ ਪਹਿਰਾਵਾ ਪਾਉਣ ਨਾਲ ਸਤਿਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦਾ ਹੁਕਮ ਮੰਨ ਜਾਂਦਾ ਅਸੀਂ ਉਹਨਾਂ ਦੇ ਰੂਪ ਬਣਨ ਵੱਲ ਤੁਰ ਪੈਨੇ ਆ ਸੋ ਇਹ ਅਰਜ਼ ਕਰਦਾ ਇਸ ਜੀਵਨ ਤੇ ਇਸ ਜਾਚ ਤੇ ਆਪਾਂ ਤੁਰੀਏ ਆਪਾਂ ਉਹਨਾਂ ਦਾ ਹੁਕਮ ਮੰਨੀਏ ਅੰਮ੍ਰਿਤ ਵੇਲੇ ਉੱਠਿਆ ਕਰੀਏ ਨਾਮ ਸਿਮਰਨ ਕਰਿਆ ਕਰੀਏ ਗੁਰਬਾਣੀ ਪੜਿਆ ਕਰੀਏ ਗੁਰਬਾਣੀ ਤੇ ਵਿਚਾਰ ਕਰਿਆ ਕਰੀਏ ਬਹੁਤ ਕੁਝ ਅਵੇਲੇ ਵਾਲੇ ਹੁਣ ਅੱਜਕਲ ਸੋਸ਼ਲ ਮੀਡੀਆ ਤੇ ਇਹ ਸਾਡੀ ਚੋਇਸ ਹੈ ਕਿ ਅਸੀਂ ਕੀ ਸੁਣਨਾ ਹੈ ਅਸੀਂ ਉਹ ਸੁਣਨਾ ਹੈ ਜਿਹਦੇ ਨਾਲ ਸਾਡੇ ਮਨ ਵਿੱਚ ਈਰਖਾ ਆਵੇ ਜਾਂ ਅਸੀਂ ਉਹ ਸੁਣਨਾ ਹੈ ਜਿਹਦੇ ਨਾਲ ਸਾਡੇ ਜੀਵਨ ਵਿੱਚ ਸਹਜ ਆਵੇ ਸੋ ਇਨੀ ਅਰਜ਼ ਕਰਕੇ ਤੁਹਾਡੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮਾੜੇ ਮੋٹے ਜਿਹੋ ਜੇ ਆ ਗਏ ਸਿੱਖ ਰਹਿ ਗਏ ਉਹਨਾਂ ਦੇ ਚਰਨਾਂ ਵਿੱਚ ਇੱਕ ਵਾਰੀ ਨਮਸਕਾਰ ਕਰਦਾ ਹੋਇਆ ਸਾਰੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ